ਅੰਮ੍ਰਿਤਸਰ ਵਿੱਚ ਪੰਜਾਬ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਾਝਾ ਹੋਟਲ ਵਿੱਚ ਵਰਲਡ ਫੋਟੋਗ੍ਰਾਫਰੀ ਦਾ ਦਿਨ ਮਨਾਇਆ ਗਿਆ, ਜਿਸ ਵਿੱਚ 30-40 ਸਾਲ ਤੋਂ ਕੰਮ ਕਰ ਰਹੇ ਫੋਟੋਗ੍ਰਾਫਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਕੇਕ ਕੱਟਿਆ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲਲਿਤ ਚੋਪੜਾ ਨੇ ਦੱਸਿਆ ਕਿ ਵਰਲਡ ਫੋਟੋਗ੍ਰਾਫਰੀ ਦਾ ਦਿਨ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਉਹਨਾਂ ਦੀ ਐਸੋਸੀਏਸ਼ਨ ਵੱਲੋਂ ਮਨਾਇਆ ਗਿਆ ਅਤੇ ਉਹਨਾਂ ਕਿਹਾ ਕਿ ਉਹਨਾਂ ਦੀ ਵੈਲਫੇਅਰ ਵੱਲੋਂ 21 ਅਗਸਤ ਨੂੰ ਅੰਮ੍ਰਿਤਸਰ ਦੇ ਗਾਰਡਨ ਰਿਜ਼ੋਰਟ ਵਿੱਚ ਇੱਕ ਐਗਜ਼ੀਬਿਸ਼ਨ ਲਗਾਈ ਜਾ ਰਹੀ ਹੈ, ਜਿਸ ਵਿੱਚ ਫੋਟੋਗ੍ਰਾਫਰਾਂ ਦੀ ਜ਼ਰੂਰਤ ਦਾ ਸਮਾਨ ਹੋਵੇਗਾ ਅਤੇ ਸਾਰੇ ਫੋਟੋਗ੍ਰਾਫਰਾਂ ਨੂੰ ਅਪੀਲ ਹੈ ਕਿ ਸਾਰੇ ਇਸ ਐਗਜ਼ੀਬਿਸ਼ਨ ਵਿੱਚ ਪਹੁੰਚਣ। ਇਸ ਮੌਕੇ ਅੰਮ੍ਰਿਤਸਰ ਦੇ ਸਮੂਹ ਫੋਟੋਗ੍ਰਾਫਰ ਮੌਜੂਦ ਨਾਲ ਰੱਖੀ ਹੈ, ਕੇਕ ਕਟਿੰਗ ਕੀਤੀ ਹੈ ਅਤੇ ਉਹਨਾਂ ਨੂੰ ਨਾਲ ਅਸੀਂ ਸਨਮਾਨ ਦਿੱਤਾ। ਅਸੀਂ ਗ੍ਰੈਂਡੀਅਰ ਰਿਜ਼ੋਰਟ ਦੇ ਵਿੱਚ ਕਰਾ ਰਹੇ ਹਾਂ ਜੀ। ਜਦੋਂ ਲੇਟੈਸਟ ਕੰਪਨੀਆਂ ਆ ਰਹੀਆਂ ਕੈਮਰੇ ਨਾਲ ਰਿਲੇਟਡ, ਜੋ ਵੀ ਸਾਡੇ ਕੈਮਰੇ ਫੋਟੋਗ੍ਰਾਫਰ ਵੀਰਾਂ ਨੂੰ ਉੱਥੇ ਡਿਸਪਲੇ ਲਾਏ ਉਹਨਾਂ ਦੀ, ਉੱਥੇ ਸਾਰਾ ਮਤਲਬ ਅਸੀਂ ਅਰੇਂਜਮੈਂਟ ਕੀਤਾ, ਲੰਚ ਫਰੀ ਆ। ਅਸੀਂ ਨਾਲ ਆਪਣੀ ਐਸੋਸੀਏਸ਼ਨ ਬਣਾਈ ਹੈ ਨਵੀਂ, ਐਸੋਸੀਏਸ਼ਨ ਦੇ ਵਿੱਚ ਅਸੀਂ ਮਤਲਬ ਸਾਰੇ ਉੱਥੇ। ਅੰਮ੍ਰਿਤਸਰ ਤੋਂ ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸਤਵੰਤ ਸਿੰਘ ਔਲਖ, ਜੀਵੇ ਪੰਜਾਬ।